ਮੁੰਡੇ ਕੁੜੀਆਂ ਦੀ ਕਹਾਣੀ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੀ ਕਹਾਣੀ ਹੈ ਜੋ ਖਾੜਕੂ ਦੌਰ ਦੇ ਵੇਲੇ ਜਿਹੜੇ ਹਾਲਾਤ ਬਣੇ ਸੀ ਉਹਨਾਂ ਦੇ ਵਿੱਚੋਂ ਇੱਕ ਰੋਡੇ ਕਾਲਾ ਜਿਹੜਾ ਕਿ ਬੱਸਾਂ ਦੇ ਸ਼ੀਸ਼ੇ ਭੰਨਣ ਦੇ ਕਰਕੇ ਤੇ ਜਾਣਿਆ ਜਾਂਦਾ ਸੀ, ਪਰ ਉਹ ਸ਼ੀਸ਼ੇ ਭੰਨੇ ਕਿਉਂ ਗਏ? ਤੁਹਾਨੂੰ ਤਸੱਲੀ ਹੋ ਗਈ ਹੈ ਕਿ ਜੋ ਅਸੀਂ ਚਾਹੁੰਦੇ ਸੀ ਬਣ ਗਿਆ? ਜੋ ਅਸੀਂ ਚਾਹੁੰਦੇ ਸੀ ਵੀ ਅਸੀਂ ਐਂ ਗੱਲ ਕਹਿਣੀ ਆ, ਆਹ ਗੱਲ ਕਹਿਣੀ ਆ, ਅਸੀਂ ਉਹਦੇ 'ਚ 100% ਕਾਮਯਾਬ ਹੋ ਗਏ। ਕੁਛ ਲੋਕੀ ਰੋ ਕੇ ਨਿਕਲੇ, ਕੁਛ ਲੋਕਾਂ ਨੇ ਮੈਨੂੰ ਮੈਸੇਜ ਭੇਜੇ। ਇਹ ਪਰਿਵਾਰਾਂ ਦੀ ਫਿਲਮ ਆ, ਬੱਚਿਆਂ ਦੀ ਫਿਲਮ ਆ, ਪੀੜ੍ਹੀਆਂ ਦੀ ਗੱਲ ਕਰਦੀ ਆ। ਜਿਹੋ ਜਿਹਾ ਪੰਜਾਬ ਸੀਗਾ 90 ਵੇਲੇ ਜਾਂ 11 ਵੇਲੇ, ਬਸ ਉਸ ਪੰਜਾਬ ਦੀ ਕਹਾਣੀ ਹੈ। ਜਦੋਂ ਤੋਂ ਵੀ ਰਿਲੀਜ਼ ਹੁੰਦਿਆਂ ਤੱਕ ਵੀ ਪਹੁੰਚੀ ਨਹੀਂ ਗੱਲ ਜਿਹੜੀ ਅਸੀਂ ਪਹੁੰਚਾਉਣੀ ਸੀ ਉਹਨੇ ਲੋਕਾਂ ਤੱਕ, ਉਹਦੇ 'ਚ ਦਿੱਕਤਾਂ ਕੀ ਆਈਆਂ ਤੁਹਾਨੂੰ? ਥੋੜ੍ਹੇ ਜਿਹੇ ਪ੍ਰਾਈਮ ਸ਼ੋਅ ਦੀ ਘਾਟ ਰਹੀ ਸਾਨੂੰ ਵੱਡੇ ਸਿਟੀਜ਼ 'ਚ। ਦੇਖੋ ਹੁਣ ਮੰਡੀਆਂ 'ਚ ਆ, ਮੰਡੀਆਂ 'ਚ ਦੇਖੋ 100 ਸੀਟ ਆ, 150 ਸੀਟ ਆ, 200 ਸੀਟ ਆ, ਉਹਦੀ ਟਿਕਟ 100 ਰੁਪਇਆ, 110 ਰੁਪਏ ਆ, ਕੀ ਕਲੈਕਸ਼ਨ ਹੋ ਗਈ ਹੈ ਨਾ। ਇਹਦੇ ਵੱਡੇ ਸ਼ਹਿਰ ਨੇ ਜਿੱਥੇ 350 ਸੀਟ ਆ ਔਰ ਉੱਥੇ ਰੇਟ ਹੀ 300 ਰੁਪਈਆ, ਇੱਕੋ ਸ਼ੋਅ ਤਾਂ 90,000 ਆਉਣਾ, ਉੱਥੇ ਪ੍ਰਾਈਮ ਸ਼ੋਅ ਹੈ ਨਹੀਂ। ਵੱਡੇ ਸ਼ਹਿਰਾਂ ਦੀ ਜ਼ਿੰਦਗੀ ਕੁਛ ਇੱਦਾਂ ਦੀ ਹੋਈ ਹੋਈ ਆ, ਅਤੇ ਉੱਥੇ ਜੇ ਤੁਹਾਨੂੰ ਪ੍ਰਾਈਮ ਸ਼ੋਅ ਨਹੀਂ ਮਿਲੇਗਾ ਤਾਂ ਦਰਸ਼ਕ ਤੁਹਾਡੀ ਫਿਲਮ ਕਿਵੇਂ ਦੇਖਣ? ਕਈ ਅਸੀਂ ਪ੍ਰੋਡਿਊਸਰਾਂ ਨੂੰ ਡਾਇਰੈਕਟਰਾਂ ਨੂੰ ਇਸ ਉੱਤੇ ਪਿੱਟਦੇ ਦੇਖਿਆ ਕਿ ਸਾਡੀ ਚੱਲਦੀ ਨਹੀਂ, ਸਾਡੀ ਸੁਣੀ ਨਹੀਂ ਜਾਂਦੀ, ਵੱਡਾ ਮਾਫੀਆ ਕਬਜ਼ਾ ਕਰਕੇ ਬਹਿ ਜਾਂਦਾ ਹੈ, ਕੌਣ ਗੱਲ ਕਿੱਥੇ ਫਸ ਜਾਂਦੀ ਹੈ? ਇਨ ਹਾਊਸ ਬੈਠੇ ਨਾ, ਜਿਵੇਂ ਸ਼ੇਅਰ ਮਾਰਕੀਟ ਦੇ ਅੰਕੜੇ ਨਹੀਂ ਹੁੰਦੇ, ਉਹ ਕੈਲਕੂਲੇਟ ਕਰਦੇ ਆ। ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਸਾਡੇ ਨਾਲ ਕੋਈ ਵਿਰੋਧ ਹੈ ਜਾਂ ਸਾਡੇ ਨਾਲ ਉਹਨਾਂ ਨੂੰ ਅਸੀਂ ਭੈੜੇ ਲੱਗਦੇ ਹਾਂ, ਉਹਨਾਂ ਨੂੰ ਇਹੋ ਜਿਹਾ ਕੁਛ ਨਹੀਂ ਹੈਗਾ, ਜਾਂ ਉਹ ਨਵਿਆਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ, ਇਹੋ ਜਿਹੀ ਕੋਈ ਕਹਾਣੀ ਨਹੀਂ ਗੀ। ਅਸਲ 'ਚ ਉਹਨਾਂ ਨੂੰ ਸਿਨੇਮੇ ਨਾਲ ਪਿਆਰ ਨਹੀਂ ਗਾ। ਪੰਜਾਬੀ ਫਿਲਮਾਂ ਰਿਲੀਜ਼ ਬਹੁਤ ਹੁੰਦੀਆਂ। ਇੱਕ ਫਿਲਮ ਇਹਨਾਂ ਦਿਨਾਂ 'ਚ ਰਿਲੀਜ਼ ਹੋਈ ਜਿਹੜੀ ਕਿ ਰੋਡੇ ਕਾਲਜ 'ਤੇ ਬਣੀ ਹੈ, ਮੁੰਡੇ ਕੁੜੀਆਂ ਦੀ ਕਹਾਣੀ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੀ ਕਹਾਣੀ ਹੈ ਜੋ ਖਾੜਕੂ ਦੌਰ ਦੇ ਵੇਲੇ ਜਿਹੜੇ ਹਾਲਾਤ ਬਣੇ ਸੀ ਉਹਨਾਂ ਦੇ ਵਿੱਚੋਂ ਇੱਕ ਰੋਡੇ ਕਾਲਜ ਜਿਹੜਾ ਕਿ ਬੱਸਾਂ ਦੇ ਸ਼ੀਸ਼ੇ ਭੰਨਣ ਦੇ ਕਰਕੇ ਤੇ ਜਾਣਿਆ ਜਾਂਦਾ ਸੀ, ਪਰ ਉਹ ਸ਼ੀਸ਼ੇ ਭੰਨੇ ਕਿਉਂ ਗਏ? ਇਸ ਫਿਲਮ ਵਿੱਚ ਕੀ ਭੰਨਿਆ ਗਿਆ? ਇੱਕ ਫਿਲਮ ਦਾ ਡਾਇਲੋਗ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ, ਸਿੰਬੋਲਿਕ ਚਿੰਨ ਬਹੁਤ ਨੇ, ਲਿਟਰੇਚਰ ਦੀ ਗੱਲ ਵੀ ਕੀਤੀ ਗਈ ਹੈ, ਇਹ ਜ਼ਹਿਨੀਅਤ ਕਿਵੇਂ ਸੀ ਔਰ ਇਸ ਫਿਲਮ ਨੂੰ ਹੁੰਗਾਰਾ ਕਿੰਨਾ ਕੁ ਮਿਲਿਆ, ਇਹ ਵੀ ਗੱਲ ਕਰਾਂਗੇ, ਔਰ ਕਿੱਥੇ ਕਿੱਥੇ ਫਿਲਮ ਰਿਲੀਜ਼ ਹੈ ਦੇਸ਼ ਵਿਦੇਸ਼ ਦੇ ਵਿੱਚ, ਕਿੱਥੇ ਅਸੀਂ ਦੇਖ ਸਕਦੇ ਹਾਂ। ਇੱਕ ਡਾਇਲੋਗ ਹੈ ਜਿੱਥੋਂ ਮੈਂ ਗੱਲ ਸ਼ੁਰੂ ਕਰਨੀ ਹੈ, ਜਿਸ ਵਿੱਚ ਕਿਹਾ ਗਿਆ ਕਿ ਹੁਣ ਵੇਲਾ ਮਗਰ ਲੱਗਣ ਦਾ ਨਹੀਂ, ਮੋਹਰੇ ਲੱਗਣ ਦਾ। ਤੋ ਸਾਡੇ ਨਾਲ ਰਾਈਟਰ ਡਾਇਰੈਕਟਰ ਬੈਠੇ ਨੇ ਹੈਪੀ ਰੋਡੇ, ਉਹਨਾਂ ਨਾਲ ਗੱਲ ਕਰਦੇ ਹਾਂ। ਹੈਪੀ ਬਾਈ, ਤੁਸੀਂ ਇਹ ਫਿਲਮ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਜੋ ਦਿਖਾਉਣਾ ਚਾਹੁੰਦੇ ਸੀ, ਜੋ ਬਣਾਉਣਾ ਚਾਹੁੰਦੇ ਸੀ ਸਿਨੇਮਾ ਘਰਾਂ ਤੱਕ ਪਹੁੰਚਾ ਕੇ, ਹੁਣ ਤਾਂ ਲੋਕਾਂ ਨੇ ਦੱਸਣਾ ਕਿ ਫਿਲਮ ਕਿਵੇਂ ਹੈ, ਤੁਸੀਂ ਤੁਹਾਨੂੰ ਤਸੱਲੀ ਹੋ ਗਈ ਹੈ ਕਿ ਜੋ ਅਸੀਂ ਚਾਹੁੰਦੇ ਸੀ ਬਣ ਗਿਆ? ਬਿਲਕੁਲ ਜੀ, ਦੇਖੋ ਅਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋ ਅਸੀਂ ਚਾਹੁੰਦੇ ਸੀ ਵੀ ਅਸੀਂ ਐਂ ਗੱਲ ਕਹਿਣੀ ਆ, ਆਹ ਗੱਲ ਕਹਿਣੀ ਆ, ਅਸੀਂ ਉਹਦੇ 'ਚ 100% ਕਾਮਯਾਬ ਹੋ ਗਏ ਹਾਂ। ਠੀਕ ਹੈ, ਲੋਕਾਂ ਦੇ ਮਨਾਂ ਤੱਕ, ਦਿਲਾਂ ਤੱਕ ਉਹ ਆਵਾਜ਼, ਉਹ ਗੱਲ, ਉਹ ਦਰਦ ਜਾਂ ਉਹ ਦੋਸਤੀਆਂ, ਪਿਆਰ ਹੈ ਨਾ, ਉਹ ਪਹੁੰਚਿਆ ਹੈ ਨਾ, ਲੋਕ ਉਹਨੂੰ ਇੰਜੋਏ ਕਰ ਰਹੇ ਆ, ਮਹਿਸੂਸ ਕਰ ਰਹੇ ਆ, ਲੋਕ ਇਹਦੇ ਨਾਲ ਜੁੜ ਰਹੇ ਆ। ਤਾਂ ਮੈਨੂੰ ਲੱਗਦਾ ਵੀ ਮੈਨੂੰ ਫੇਸਬੁੱਕ 'ਤੇ ਰੋਜ਼ ਦੀਆਂ 10 ਦੇ ਕਰੀਬ ਟੈਗਿੰਗ ਆਉਂਦੀਆਂ ਨੇ, ਜਿਹਦੇ 'ਚ ਲੋਕ ਇੰਨੇ ਇੰਨੇ ਵੱਡੇ ਚਿੱਠੇ ਲਿਖ ਕੇ, ਕਈ ਕਈ ਲਾਈਨਾਂ ਦੇ, ਕਈ ਵਾਰੀ ਮੈਂ ਲੇਟ ਹੋ ਜਾਂਦਾ, ਮੈਥੋਂ ਸ਼ੇਅਰ ਨਹੀਂ ਹੁੰਦਾ ਜਾਂ ਮੈਥੋਂ ਕਮੈਂਟ ਨਹੀਂ ਕੀਤਾ ਜਾਂਦਾ, ਕਿਉਂਕਿ ਪ੍ਰਮੋਸ਼ਨਾਂ 'ਚ ਲੱਗੇ ਹੋਏ ਹਾਂ, ਕੁਛ ਹੋਰ ਚੀਜ਼ਾਂ ਚੱਲ ਰਹੀਆਂ ਨੇ, ਉੱਧਰ ਬਿਜ਼ੀ ਹੋ ਜਾਈਦਾ। ਤਾਂ ਇਹ ਮੈਨੂੰ ਲੱਗਦਾ ਇਹ ਬਹੁਤ ਘੱਟ ਫਿਲਮਾਂ ਦੇ ਹਿੱਸੇ ਆਉਂਦਾ। ਤਾਂ ਕੁਛ ਲੋਕੀ ਰੋ ਕੇ ਨਿਕਲੇ, ਕੁਛ ਲੋਕਾਂ ਨੇ ਮੈਨੂੰ ਮੈਸੇਜ ਭੇਜੇ, ਤਾਂ ਬਾਹਰਲੇ ਦੇਸ਼ਾਂ 'ਚੋਂ ਲੇਡੀਜ਼ ਬੱਚਿਆਂ ਨੇ। ਤਾਂ ਅਸਲ 'ਚ ਕਿਉਂਕਿ ਇਹ ਵਾਇਲੈਂਟ ਫਿਲਮ ਨਹੀਂ ਗੀ, ਇਹ ਪਰਿਵਾਰਾਂ ਦੀ ਫਿਲਮ ਆ ਹੈ ਨਾ, ਇਹ ਪਰਿਵਾਰਾਂ ਦੀ ਫਿਲਮ ਆ, ਬੱਚਿਆਂ ਦੀ ਫਿਲਮ ਆ, ਪੀੜ੍ਹੀਆਂ ਦੀ ਗੱਲ ਕਰਦੀ ਆ। ਤਾਂ
ਜਿਹੜੀਆਂ ਚੀਜ਼ਾਂ ਅਸੀਂ ਦੇਖ ਕੇ ਆਏ, ਹੰਢਾ ਕੇ ਆਏ, ਜਿਹੋ ਜਿਹਾ ਪੰਜਾਬ ਸੀਗਾ 90 ਵੇਲੇ ਜਾਂ 11 ਵੇਲੇ, ਬਸ ਉਸ ਪੰਜਾਬ ਦੀ ਕਹਾਣੀ ਹੈ। ਅਸੀਂ ਉਸ ਫਿਲਮ ਨੂੰ ਆਪ ਦੇਖਿਆ, ਦੇਖ ਕੇ ਗੱਲ ਮਹਿਸੂਸ ਕੀਤੀ ਹੈ ਕਿ ਫਿਲਮ 'ਚੋਂ ਬੰਦਾ ਇਸ ਕਰਕੇ ਵੀ ਕਿਤੇ ਨਾ ਕਿਤੇ ਨਹੀਂ ਟੁੱਟਦਾ। ਸਾਊਂਡ ਆ ਜਿਹੜਾ, ਬੈਕਗਰਾਊਂਡ ਮਿਊਜ਼ਿਕ ਹੈ, ਉਹ ਤੁਹਾਨੂੰ ਨਾਲ ਲੈ ਕੇ ਇੰਨਾ ਚੱਲਦਾ, ਜੇ ਟੁੱਟਣ ਵੀ ਲੱਗਦੇ ਹੋ ਤਾਂ ਉਹ ਇੰਨਾ ਹਾਈ ਸਕੇਲ ਦਾ ਰੱਖਣ ਦਾ ਖਾਸ ਸੋਚ ਸਮਝ ਕੇ ਸੀ ਜਾਂ ਹੋ ਗਿਆ ਉਸ ਫਿਲਮ ਦੀ ਸਟੋਰੀ ਦੇ ਮੁਤਾਬਕ? ਨਹੀਂ ਦੇਖੋ ਜੀ, ਫਿਲਮ ਮੇਕਿੰਗ ਦੇ ਕੁਛ ਰੂਲਸ ਹੁੰਦੇ ਨੇ, ਕੁਛ ਕਾਇਦੇ ਕਾਨੂੰਨ ਹੁੰਦੇ ਨੇ, ਤਾਂ ਉਹਦੀ ਜਿਹੋ ਜਿਹੀ ਕਹਾਣੀ ਆ, ਉਹਦੇ ਜਿਹੋ ਜਿਹੇ ਕਿਰਦਾਰ ਆ, ਅਤੇ ਜਿਹੋ ਜਿਹਾ ਉਹਦਾ ਵਰਲਡ ਆ, ਜੋ ਉਹਦੇ 'ਚ ਚੱਲ ਰਿਹਾ, ਤਾਂ ਤੁਹਾਨੂੰ ਸਾਊਂਡ ਡਿਜ਼ਾਇਨਿੰਗ ਉਹਦੇ ਮੁਤਾਬਕ ਕਰਨੀ ਪੈਂਦੀ ਹੈ। ਜ਼ਿਆਦਾਤਰ ਕੀ ਹੁੰਦਾ, ਫਿਲਮਾਂ 'ਚ ਸਾਊਂਡ ਡਿਜ਼ਾਇਨ ਸਾਊਥ ਵਾਲੇ ਕਰ ਦਿੰਦੇ ਆ, ਫਿਲਮ ਪੰਜਾਬੀ ਹੁੰਦੀ ਆ, ਹੈ ਨਾ, ਜਾਂ ਫਿਲਮ ਪੀਰੀਅਡ ਹੁੰਦੀ ਆ ਤਾਂ ਸਾਊਂਡ ਡਿਜ਼ਾਇਨਿੰਗ ਉਹਦੇ 'ਚ ਬਾਹਰਲੇ ਹੋਲੀਵੁੱਡ ਦੀ ਕੀਤੀ ਪਈ ਹੁੰਦੀ ਆ। ਤਾਂ ਸਾਡੀ ਇਹ ਕੋਸ਼ਿਸ਼ ਸੀ ਵੀ ਇਹਦੇ 'ਚ ਤੁਹਾਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੰਜਾਬੀ ਮਿਊਜ਼ੀਕਲ ਡਰਾਮਾ ਹੀ ਦਿਖੇ ਜੋ ਸਾਡਾ ਪੰਜਾਬ ਹੈਗਾ। ਤਾਂ ਚਾਹੇ ਉਹ ਜਿਵੇਂ ਫਿਲਮ ਸ਼ੁਰੂ ਹੁੰਦੀ ਨਿੰਜੇ ਵਾਲੇ ਗਾਣੇ ਤੋਂ, ਗੱਭਰੂ ਜੋ ਰੋਡੇ ਕਾਲਜ 'ਚ ਪੜ੍ਹਦਾ, ਹੈ ਨਾ, ਚੱਕਵਾਂ ਪਾਉਣਾ ਯੂਥ ਦਾ, ਤਾਂ ਫਿਰ ਉਹ ਰੋਮਾਂਟਿਕ ਟਰੈਕ ਆ ਗਏ, ਫਿਰ ਫਿਲਮ ਥੋੜ੍ਹੀ ਜਿਹੀ ਸਿਆਣੀ ਹੁੰਦੀ ਆ, ਹੈ ਨਾ, ਜੋ ਸਿਆਣੀ ਹੁੰਦੀ ਆ ਤਾਂ ਫਿਰ ਫਲੈਸ਼ਬੈਕ ਚਲੀ ਜਾਂਦੀ ਆ, ਯਾਦਾਂ ਬੜੇ ਹੁੰਦੇ ਸੀ ਚਰਚ 'ਚ, ਉਹ ਸਕੂਟਰ ਲੰਡੇ ਦੇ, ਰੰਗ ਬਿਸਕੁਟੀ ਆ ਗਿਆ, ਤਾਂ ਫਿਰ ਉਹ ਕਿਤੇ ਯੂਥ ਇਕੱਠਾ ਹੋ ਰਿਹਾ, ਮੋਟੀਵੇਸ਼ਨਲ ਟਰੈਕ ਆ, ਜ਼ਿੰਦਾ ਹੈ ਤਾਂ ਦਿਖਣਾ ਜ਼ਰੂਰੀ, ਤਾਂ ਮਿਊਜ਼ਿਕ ਸਾਰਾ ਉਹਦੇ ਮੁਤਾਬਕ ਡਿਜ਼ਾਈਨ ਹੋਇਆ। ਇਵੇਂ ਇਵੇਂ BGM ਜਿਵੇਂ ਜਿਵੇਂ ਫਿਲਮ ਸਿਆਣੀ ਹੁੰਦੀ ਆ, ਉਹਦੇ ਕਿਰਦਾਰ ਸਿਆਣੇ ਹੁੰਦੇ ਆ, ਔਰ ਇੱਕ ਕਹਾਣੀ 'ਚ ਬਹੁਤ ਸਾਰੇ ਲੋਕ ਆ ਜਿਹੜੇ ਬਦਲ ਰਹੇ ਨੇ, ਅਸੀਂ ਵੀ ਅਸਲ ਜ਼ਿੰਦਗੀ 'ਚ ਬਦਲਦੇ ਹਾਂ, ਅਸੀਂ ਵੀ ਨਿਆਣਿਆਂ ਤੋਂ ਸਿਆਣੇ ਹੁੰਦੇ ਹਾਂ, ਹੈ ਨਾ। ਤਾਂ ਬਸ ਫਿਲਮ ਕੁਛ ਇੱਦਾਂ ਦੀ ਫਿਲਮ ਹੈ। ਇੱਕ ਚੰਗੀ ਕਹਾਣੀ ਕਈ ਵਾਰੀ ਬਣਾਉਣ ਦੇ ਵਿੱਚ ਮਿਹਨਤ ਤਾਂ ਸਾਰੀ ਚਲੋ ਕਰਦੇ ਆ, ਚਾਹੇ ਫਿਲਮ ਚੰਗੀ ਬਣੇ ਮਾੜੀ ਬਣੇ, ਹਰ ਕੋਈ ਕਹਿੰਦਾ ਤਾਂ ਹੈ ਹੀ ਹੈ ਵੀ ਆਪਦੇ ਨੂੰ ਆਪਦੇ ਘਰ ਜਿਹਦੇ ਕਹਿੰਦੇ ਨਾ ਵੀ ਜਵਾਕ ਭਾਵੇਂ ਚੰਗਾ ਹੋਵੇ ਮਾੜਾ, ਮਾਂ ਪਿਓ ਨੇ ਤਾਂ ਕਹਿਣਾ ਹੀ ਆ ਵੀ ਸਾਡਾ ਬੜਾ ਸਾਊ ਆ। ਇਵੇਂ ਹੀ ਫਿਲਮ ਦਾ ਇੱਕ ਪ੍ਰੋਡਕਟ ਹੈ, ਬੇਸ਼ੱਕ ਚੰਗੀ ਕਹਾਣੀ ਬਣਾਤੀ, ਕਦੇ ਇਹ ਚੈਲੰਜ ਆਇਆ ਇਸ ਫਿਲਮ ਨੂੰ ਜਦੋਂ ਤੋਂ ਵੀ ਰਿਲੀਜ਼ ਹੁੰਦਿਆਂ ਤੱਕ ਵੀ ਪਹੁੰਚੀ ਨਹੀਂ ਗੱਲ ਜਿਹੜੀ ਅਸੀਂ ਪਹੁੰਚਾਉਣੀ ਸੀ ਉਹਨੇ ਲੋਕਾਂ ਤੱਕ, ਉਹਦੇ 'ਚ ਦਿੱਕਤਾਂ ਕੀ ਆਈਆਂ ਤੁਹਾਨੂੰ? ਹਾਂ ਉਹਦੇ 'ਚ ਦੇਖੋ, ਉਹਦੇ 'ਚ ਥੋੜ੍ਹੇ ਜਿਹੇ ਪ੍ਰਾਈਮ ਸ਼ੋਅ ਦੀ ਘੱਟ ਰਹੀ ਸਾਨੂੰ ਵੱਡੇ ਸਿਟੀ 'ਚ। ਦੇਖੋ ਹੁਣ ਮੰਡੀਆਂ 'ਚ ਆ, ਮੰਡੀਆਂ 'ਚ ਦੇਖੋ 100 ਸੀਟ ਆ, 150 ਸੀਟ ਆ, 200 ਸੀਟ ਆ, ਉਹਦੀ ਟਿਕਟ ਹੀ 100 ਰੁਪਇਆ, 110-120 ਰੁਪਏ ਆ, ਕੀ ਕਲੈਕਸ਼ਨ ਆਊਗੀ, ਹੈ ਨਾ। ਅਤੇ ਜਿਹੜੇ ਵੱਡੇ ਸ਼ਹਿਰ ਨੇ ਜਿੱਥੇ 350 ਸੀਟ ਆ, ਔਰ ਉੱਥੇ ਰੇਟ ਹੀ 300 ਰੁਪਈਆ, ਇੱਕੋ ਸ਼ੋਅ ਤੋਂ 90,000 ਆਉਣਾ, ਉੱਥੇ ਪ੍ਰਾਈਮ ਸ਼ੋਅ ਹੈ ਨਹੀਂ, ਹੈ ਨਾ। ਤਾਂ ਉੱਥੇ ਸਵੇਰ ਦਾ 9:30 ਦਾ ਸ਼ੋਅ ਆ, ਔਰ ਰਾਤ ਦਾ 10:45 ਦਾ। ਤਾਂ ਅਸੀਂ ਜ਼ੋਰ ਲਾ ਕੇ ਹੰਭ ਗਏ, ਪਿੱਟ ਕੇ ਹੰਭ ਗਏ ਵੀ ਯਾਰ ਸਾਨੂੰ 2 ਨਾ ਦਿਓ, 1 ਹੀ ਦੇ ਦਿਓ, ਦਿਨ ਦੇ ਟਾਈਮ ਦੇ ਦਿਓ, ਸ਼ਾਮ ਦੇ ਟਾਈਮ ਦੇ ਦਿਓ, ਘੱਟੋ ਘੱਟ ਕਿਸੇ ਬੰਦੇ ਨੇ ਫਿਲਮ ਦੇਖਣੀ ਆ, ਉਹ ਕੰਮ ਧੰਦੇ ਤੋਂ ਛੁੱਟੀ ਮਾਰ ਕੇ ਦੇਖ ਲਏ, ਜਾਂ ਆਫਿਸ ਟਾਈਮ ਤੋਂ ਬਾਅਦ ਦੇਖ ਲਏ, ਸਾਰੇ ਬਿਜ਼ੀ ਨੇ, ਸਾਰੇ ਕੰਮ ਵਾਲੇ ਲੋਕ ਆ, ਖਾਸ ਕਰਕੇ ਇੰਡਸਟਰੀ ਦਾ, ਰਾਤ ਨੂੰ ਕੋਈ ਮੁੰਡੇ ਮਿਊਜ਼ਿਕ ਦਾ ਕੰਮ ਕਰਦੇ ਨੇ, ਕੋਈ ਫਿਲਮ ਮੇਕਿੰਗ ਦਾ, ਸਾਰੀ ਇੰਡਸਟਰੀ ਉਹ ਆ, ਟੈਕਨੀਸ਼ੀਅਨਸ ਨੇ, ਦੇਰ ਰਾਤ ਤੱਕ ਜਾਗਦੇ ਆ, ਮੁਹਾਲੀ ਦੇਰ ਰਾਤ ਤੱਕ ਜਾਗਦਾ ਸਾਰਾ, ਸੜਕਾਂ 'ਤੇ ਚੱਲ ਰਹੀਆਂ ਨੇ ਟੈਕਸੀਆਂ, ਤਾਂ ਸੁਬਹਾ ਸੌਂਦੇ ਨੇ, ਤਾਂ ਉੱਠਦੇ ਹੀ ਦੁਪਹਿਰੇ 11-12 ਵਜੇ ਨੇ ਜਵਾਕ ਸਾਡੇ ਕਈ, ਤਾਂ ਉਹ ਫਿਲਮ ਜਦੋਂ ਦੇਖਦੇ ਆ ਤਾਂ ਉਹ ਕਹਿੰਦੇ ਯਾਰ ਹੁਣ ਤਾਂ ਸ਼ੋਅ ਹੀ ਹੈ ਨਹੀਂ, ਸਵੇਰੇ ਸੀਗਾ ਉਹ ਤਾਂ ਨਿਕਲ ਗਿਆ, ਹੈ ਨਾ। ਦੇਖੋ ਆਪਾਂ ਸਕਰੀਨਿੰਗ ਰੱਖੀ ਤਾਂ ਤੁਸੀਂ ਵੀ ਲੇਟ ਹੋ ਗਏ ਆਉਣ ਲੱਗੇ, ਹਾਲਾਂਕਿ 11 ਵਜੇ ਦਾ ਟਾਈਮ ਸੀ, ਤਾਂ 11:30-11:50 'ਤੇ ਆਪਾਂ ਫਿਲਮ ਸ਼ੁਰੂ ਕੀਤੀ, ਤਾਂ ਇਹਦੇ ਬਾਵਜੂਦ ਤੁਸੀਂ ਭੱਜ ਕੇ ਪਹੁੰਚੇ, ਕਿਉਂਕਿ ਵੱਡੇ ਸ਼ਹਿਰਾਂ ਦੀ ਜ਼ਿੰਦਗੀ ਕੁਛ ਇੱਦਾਂ ਦੀ ਹੋਈ ਹੋਈ ਆ।
ਤੇ ਉੱਥੇ ਜੇ ਤੁਹਾਨੂੰ ਪ੍ਰਾਈਮ ਸ਼ੋਅ ਨਹੀਂ ਮਿਲੇਗਾ ਤਾਂ ਦਰਸ਼ਕ ਤੁਹਾਡੀ ਫਿਲਮ ਕਿਵੇਂ ਦੇਖਣਗੇ? ਦੇਖਣ ਵਾਲੇ ਨੂੰ ਤਾਂ ਇਹ ਪਤਾ ਕਿ ਮੇਰੇ ਨੇੜੇ ਸਿਨੇਮਾ ਕਿਹੜਾ ਪੈਂਦਾ, ਥੀਏਟਰ ਕਿਹੜਾ ਮੈਂ ਜਾਣਾ। ਇਹ ਜਿਹੜੇ ਟੈਕਨੀਕਲ ਗੱਲਾਂ ਹੁੰਦੀਆਂ, ਇਹ ਬ੍ਰੇਕ ਕਿੱਥੇ ਲੱਗਦੀ ਹੈ? ਕਈ ਅਸੀਂ ਪ੍ਰੋਡਿਊਸਰਾਂ ਨੂੰ, ਡਾਇਰੈਕਟਰਾਂ ਨੂੰ ਇਸ 'ਤੇ ਪਿੱਟਦੇ ਦੇਖਿਆ ਕਿ ਸਾਡੀ ਚੱਲਦੀ ਨਹੀਂ, ਸਾਡੀ ਸੁਣੀ ਨਹੀਂ ਜਾਂਦੀ, ਵੱਡਾ ਮਾਫੀਆ ਕਬਜ਼ਾ ਕਰਕੇ ਬਹਿ ਜਾਂਦਾ ਹੈ ਕੌਣ, ਗੱਲ ਕਿੱਥੇ ਫਸ ਜਾਂਦੀ ਹੈ ਕਿ ਜਿਹੜੇ ਬੰਦੇ ਮਿਹਨਤ ਨਾਲ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਫਿਲਮ ਆਪਣੀ, ਪਰ ਉਹ ਬਣਦੀ ਨਹੀਂ ਗੱਲ, ਕੌਣ ਬ੍ਰੇਕ ਲਾਉਂਦਾ? ਜਿਹੜੇ ਨਾ ਇਨ ਹਾਊਸ ਪੀ ਵੀ ਆਰ ਦੀ ਚੇਨ ਆ, ਚਾਹੇ ਉਹ ਯੂ ਐਫ ਓ ਦੀ ਆ, ਤਾਂ ਖਾਸ ਕਰਕੇ ਪੀ ਵੀ ਆਰ ਦੀ, ਕਿਉਂਕਿ ਵੱਡੇ ਸ਼ਹਿਰਾਂ 'ਚ ਪੀ ਵੀ ਆਰ ਦੀ ਜ਼ਿਆਦਾ ਆ, ਤਾਂ ਉਹ ਕਿਤੇ ਨਾ ਕਿਤੇ ਇਨ ਹਾਊਸ ਬੈਠੇ ਨਾ, ਜਿਵੇਂ ਸ਼ੇਅਰ ਮਾਰਕੀਟ ਦੇ ਅੰਕੜੇ ਨਹੀਂ ਹੁੰਦੇ, ਸ਼ੇਅਰ ਮਾਰਕੀਟ ਵਾਲਾ ਉਹਨਾਂ ਦਾ ਹਾਲ ਕਾਰਪੋਰੇਟ ਹੈ, ਉਹਨਾਂ ਦਾ ਸ਼ੇਅਰ ਮਾਰਕੀਟ ਵਾਲਾ ਕੰਮ ਹੁੰਦਾ, ਉਹਨਾਂ ਨੇ ਅੰਕੜੇ ਦੇਖਣੇ ਬੈਠਿਆਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਸਾਡੇ ਨਾਲ ਕੋਈ ਵਿਰੋਧ ਹੈ, ਜਾਂ ਸਾਡੇ ਨਾਲ ਉਹਨਾਂ ਨੂੰ ਅਸੀਂ ਭੇੜੇ ਲੱਗਦੇ ਉਹਨਾਂ ਨੂੰ, ਇਹੋ ਜਿਹਾ ਕੁਛ ਨਹੀਂ ਗਾ, ਜਾਂ ਉਹ ਨਵਿਆਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ, ਇਹੋ ਜਿਹੀ ਕੋਈ ਕਹਾਣੀ ਨਹੀਂ ਗੀ। ਅਸਲ 'ਚ ਉਹਨਾਂ ਨੂੰ ਸਿਨੇਮੇ ਨਾਲ ਪਿਆਰ ਨਹੀਂ ਗਾ, ਉਹਨਾਂ ਦੇ ਦਿਲ ਹੈ ਨਹੀਂ, ਉਹਨਾਂ ਨੂੰ ਬਿਜ਼ਨਸ ਦੇਖਦਾ, ਬਸ ਇਕੱਲਾ ਬਿਜ਼ਨਸ ਦੇਖਦਾ, ਤਾਂ ਉਹਨਾਂ ਨੂੰ ਇਹ ਦੇਖਦਾ ਵੀ ਜਿਹੜੀ ਪਿੱਛੇ ਫਿਲਮ ਆਈ ਸੀ ਕੋਈ, ਜਾਂ ਜਿਹੜੀ ਕਾਸਟ ਆ ਉਹ ਨੋਨ ਫੇਸ ਆ, ਇਹ ਨੋਨ ਨਹੀਂ ਗੇ, ਤਾਂ ਉਹਦੇ ਮੁਤਾਬਕ ਟੱਕ ਟੱਕ ਉੱਥੇ ਸੈਟਿੰਗ ਕਰ ਦਿੰਦੇ ਆ, ਹੈ ਨਾ, ਜਿਵੇਂ ਟਾਈਪ ਰਾਈਟਰ ਨਹੀਂ ਕਰਦਾ ਹੁੰਦਾ, ਇੱਧਰ ਐਂ ਕਰਦੇ ਇੱਧਰ ਐਂ ਕਰਦੇ, ਉਹਦੇ ਕਾਰਨ ਮਾਰੇ ਜਾਂਦੇ ਅਸੀਂ, ਹੋਰ ਕੋਈ ਗੱਲ ਨਹੀਂ। ਤਾਂ ਮੈਂ ਦੇਖਦਾ ਉਹਦਾ, ਦੇਖੋ ਰੋਡੇ ਕੋਲਜ ਤਾਂ ਸ਼ੁਰੂਆਤ ਆ, ਤਾਂ ਮੈਂ ਕੋਸ਼ਿਸ਼ ਕਰੂੰਗਾ ਇੰਡਸਟਰੀ ਦੇ ਚੰਗੇ ਸਿਆਣੇ ਬੰਦਿਆਂ ਨੂੰ ਇੱਥੇ ਮਿਲ ਕੇ ਇੱਥੇ ਗੱਲ ਕਰਾਂ, ਹੋਰ ਜਿਹੜੇ ਪ੍ਰੋਡਿਊਸਰ ਮੇਕਰੇ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਨਾਲ ਲੈ ਕੇ, ਵੀ ਯਾਰ ਇਹ ਥੋੜ੍ਹਾ ਨਜ਼ਰੀਆ ਬਦਲੋ, ਇਹ ਤੁਹਾਡੀਆਂ ਇਹ ਚੀਜ਼ਾਂ ਬਹੁਤ ਵੱਡੇ ਨੁਕਸਾਨ ਕਰ ਦਿੰਦੀਆਂ ਨੇ। ਤਾਂ ਚਲੋ ਹੁਣ ਖੈਰ ਲੱਗੇ ਹੋਏ ਹਾਂ ਅਜੇ, ਕਿਉਂਕਿ ਅਜੇ ਮੈਂ ਜਿਵੇਂ ਕਿਹਾ ਸੀ ਤਾਂ ਅੱਜ ਤੋਂ ਫਿਰ ਸਾਡੀ ਟੀਮ ਪ੍ਰਮੋਸ਼ਨਾਂ 'ਤੇ ਨਿਕਲ ਪਈ ਆ, ਤਾਂ ਸਾਨੂੰ ਇਹ ਨਹੀਂ ਹੈ ਕਿ ਅੱਗੇ ਮੈਦਾਨ ਪਿਆ ਅਜੇ, ਕਿਉਂਕਿ ਸਿਨੇਮਾ ਨੂੰ ਤਾਂ ਜੇ ਦੇਖੋ ਉਹਨਾਂ ਨੇ ਅਗਰ ਦਰਸ਼ਕ ਆਉਣੇ ਸ਼ੁਰੂ ਹੋ ਜਾਣਗੇ, ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਊਗਾ, ਤਾਂ ਜ਼ੋਰ ਦੇ ਕੇ ਅਸੀਂ ਪ੍ਰਾਈਮ ਟਾਈਮ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਤਾਂ ਵੱਡਾ ਦਿਲ ਕਹਿ ਕੇ ਕਰਤੀ ਵੀ ਸਾਡੇ ਨਾਲ ਉਹਨਾਂ ਦੇ ਕੋਈ ਨਿੱਜੀ ਵੈਰ ਨਹੀਂ, ਵਿਰੋਧ ਨਹੀਂ ਹੈ, ਰੰਜਿਸ਼ ਨਹੀਂ ਹੈ, ਪਰ ਬਹੁਤੇ ਲੋਕ ਵਿਕਟਮ ਕਾਰਡ ਕਿਉਂ ਖੇਡਣ ਲੱਗ ਜਾਂਦੇ ਆ ਵੀ ਸਾਡੀ ਤਾਂ ਚੱਲਦੀ ਨਹੀਂ ਜੀ, ਵੱਡੇ ਲੋਕਾਂ ਦਾ ਕਬਜ਼ਾ ਹੋ ਗਿਆ ਇੰਡਸਟਰੀ 'ਤੇ। ਚਲੋ ਮੈਂ ਦੇਖੋ ਹਰ ਕਿਸੇ ਦਾ ਨਜ਼ਰੀਆ, ਸੋਚਣ ਦਾ ਨਜ਼ਰੀਆ, ਕਿਸੇ ਦੇ ਤਜਰਬੇ ਕੌੜੇ ਮਿੱਠੇ ਰਹੇ ਹੁੰਦੇ ਆ ਤਾਂ ਉੱਦਾਂ ਦੀ ਗੱਲ ਕਰ ਦਿੰਦਾ, ਤਾਂ ਮੈਨੂੰ ਲੱਗਿਆ ਨਹੀਂ, ਕਿਉਂਕਿ ਮੈਨੂੰ ਵੱਡੇ ਹਾਊਸਾਂ ਨੇ ਸਾਰਿਆਂ ਨੇ ਪਿਆਰ ਕੀਤਾ, ਮਦਦ ਕੀਤੀ ਜਦੋਂ ਲੋੜ ਪਈ। ਲੇਕਿਨ ਜਿਹੜਾ ਰਿਲੀਜ਼ਿੰਗ ਵਾਲਾ ਪਾਰਟ ਆ ਉਹ ਉਹਨਾਂ ਦੀਆਂ ਫਿਲਮਾਂ ਵੀ ਕਈ ਵਾਰੀ ਇੱਦਾਂ ਹੋ ਜਾਂਦਾ, ਉਹ ਨਾ ਉਹਨਾਂ ਦੀਆਂ ਵੀ ਫਿਲਮਾਂ ਕਈ ਵਾਰੀ ਜਦੋਂ ਉੱਥੇ ਦਰਸ਼ਕ ਨਹੀਂ ਪਹੁੰਚੇ ਤਾਂ ਉਹ ਸ਼ੋਅ ਹਟਾ ਤਾ, ਤਾਂ ਉਹ ਉਂਗਲਾਂ ਉਹਨਾਂ 'ਤੇ ਵੀ ਉਵੇਂ ਹੀ ਵੱਜਦੀਆਂ ਨੇ। ਬਟ ਸਿਰਫ ਜਿਹੜਾ ਉਹ ਨਜ਼ਰੀਆ ਵੀ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਨਜ਼ਰੀਆ ਬਣਾ ਲੈਂਦੇ ਨੇ ਕਿਸੇ ਫਿਲਮ ਪ੍ਰਤੀ, ਉਹਦੇ 'ਤੇ ਮੈਨੂੰ ਜ਼ਰੂਰਤ ਰਾਜਾ। ਇੱਕ ਮੈਂ ਫਿਲਮ ਦੀ ਗੱਲ ਕਰਨੀ ਹੈ, ਵੈਸੇ ਤਾਂ ਸਾਰੇ ਫਿਲਮ ਦੇਖਣਗੇ ਅਤੇ ਉਹ ਆਪ ਹੀ ਦੇਖਣ, ਪਰ ਇੱਕ ਗੱਲ ਇਹ ਕਿ ਉਹਦੇ ਵਿੱਚ ਪੁਲਿਸ ਦੀ ਜਿਹੜੀ ਭੂਮਿਕਾ ਹੈ, ਕਿਉਂਕਿ ਦੌਰ ਹੀ ਇਹੋ ਜਿਹਾ, ਥਾਣੇਦਾਰ ਦਾ ਥਾਣੇ ਦੇ ਬਾਹਰ ਹੀ ਕਤਲ ਕਰ ਦੇਣਾ, ਕੁਝ ਘਟਨਾਵਾਂ ਐਸੀਆਂ ਨੇ ਜਿਹੜੀਆਂ ਝੰਝੋੜਦੀਆਂ ਉੱਥੇ ਲੈ ਕੇ ਜਾਂਦੀਆਂ, ਉਹ ਸਾਰੀਆਂ ਕਿਤੇ ਨਾ ਕਿਤੇ ਤੁਸੀਂ ਕਿਤਾਬਾਂ ਦੇ ਜ਼ਰੀਏ ਜਾਂ ਕਿਸੇ ਕਹਾਣੀ ਬਜ਼ੁਰਗਾਂ ਤੋਂ ਸੁਣੀ ਹੋਈ ਸੀ, ਸੱਚੀਆਂ ਨੇ ਜਾਂ ਕਾਲਪਨਿਕ ਨੇ? ਦੇਖੋ 92 ਵੇਲੇ ਉਹ ਸਾਰਾ ਚੀਜ਼ਾਂ ਬੈਲੈਂਸ ਹੋਣੀਆਂ ਸ਼ੁਰੂ ਹੋਈਆਂ, ਤਾਂ ਮੈਂ 18 ਸਾਲ ਦਾ ਸੀ ਉਦੋਂ, ਤਾਂ ਮੈਂ 9ਵੀਂ 10ਵੀਂ ਵੇਲੇ 99 90 91 ਸਾਰੇ ਹਾਲਾਤ ਦੇਖੇ ਨੇ, ਹੈ ਨਾ। ਤਾਂ ਜਦੋਂ ਸਵੇਰੇ ਪਤਾ ਲੱਗਣਾ ਵੀ ਰਾਤ ਗੋਲੀਆਂ ਚੱਲ ਗਈਆਂ, ਤਾਂ ਬਾਹਰ ਪਤਾ ਲੱਗਣਾ ਵੀ ਤੁਹਾਡਾ ਕਿਸੇ ਸੂਏ ਦੀ ਕੱਸੀ 'ਤੇ ਤੁਹਾਡਾ ਨੌਜਵਾਨ ਮੁੰਡਾ ਮਾਰਿਆ ਪਿਆ, ਹੈ ਨਾ, ਤਾਂ ਜਾਂ ਕੋਈ ਪੁਲਿਸ ਵਾਲੇ ਦਾ ਪਰਿਵਾਰ ਮਾਰਿਆ ਪਿਆ, ਤਾਂ ਦੇਖੋ ਦੋਨੇ ਪਾਸੇ ਲੋਕ ਮਰ ਰਹੇ ਸੀ, ਤਾਂ ਉਹ ਹਾਲਾਤ ਉਹ ਦੇਖੇ ਨੇ, ਹੈ ਨਾ। ਤਾਂ ਅੱਧੀ ਅੱਧੀ ਰਾਤ ਤੱਕ ਮੁਕਾਬਲੇ ਹੋਈ ਜਾਣੇ, ਗੋਲੀਆਂ ਚੱਲੀ ਜਾਣੀਆਂ, ਤਾਂ ਲੋਕਾਂ ਨੇ ਛੱਤ 'ਤੇ ਵੀ ਨਾ ਚੜ੍ਹਨਾ, ਹੈ ਨਾ, ਕਿਉਂਕਿ ਪਤਾ ਨਹੀਂ ਹੁੰਦਾ ਸੀ ਕਿਹੜੀ ਰਾਈਫਲ ਆ, ਕਿਹਦੀ ਕਿੰਨੀ ਰੇਂਜ ਆ, ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਵੇਖੀਆਂ ਨੇ।
ਤਾਂ ਦੇਖੋ ਜੇ ਅਸੀਂ 1990 ਦੇ ਦੌਰ ਦੀ ਗੱਲ ਕਰਾਂਗੇ ਕਾਲਜ ਦੀ, ਤਾਂ ਕੰਨ ਤੋਂ ਬਾਹਰ ਕੀ ਹੁੰਦਾ ਸੀ, ਤਾਂ ਅੰਦਰ ਤੱਕ ਉਹਦੇ ਸੇਕ ਕਿਵੇਂ ਪਹੁੰਚਦਾ ਸੀ, ਤਾਂ ਉਹ ਅਸੀਂ ਛੱਡ ਨਹੀਂ ਸਕਦੇ ਗੱਲ। ਬਸ ਇਹੀ ਫਿਲਮ ਹੈ। ਅਤੇ ਬਹੁਤ ਸਾਰੇ ਚਿਹਰਿਆਂ ਦੀ ਗੱਲ ਕੀਤੀ ਹੈ ਤੁਸੀਂ, ਥੀਏਟਰ ਨਾਲ ਜੁੜੇ ਬਹੁਤੇ ਆਰਟਿਸਟ ਨੇ, ਵਿੱਚ ਜੋ ਸਟੂਡੈਂਟ ਪੋਲੀਟਿਕਸ ਹੈ, ਸਟੂਡੈਂਟ ਪੋਲੀਟਿਕਸ 'ਤੇ ਅਣਗਿਣਤ ਫਿਲਮਾਂ ਬਣ ਰਹੀਆਂ ਪੰਜਾਬੀ 'ਚ ਵੀ ਹਿੰਦੀ ਦੇ ਵਿੱਚ ਵੀ, ਜ਼ਿਆਦਾ ਵਿੱਚ ਇਹੀ ਹੈ ਕਿ ਉੱਥੇ ਪੋਸਟਰਬਾਜ਼ੀ ਹੁੰਦੀ ਹੈ, ਭਾਸ਼ਣ ਦਿਖਾ ਦਿਓ, ਇੱਕ ਨੁੱਕੜ ਨਾਟਕ ਦਿਖਾ ਦਿਓ, ਇੰਨਾ ਕੁ ਸੀਨ ਕ੍ਰੀਏਟ ਕਰੋ, ਪੋਲੀਟਿਕਸ ਖਤਮ। ਤੁਹਾਨੂੰ ਲੱਗਿਆ ਕਿ ਇਸ ਫਿਲਮ ਦੇ ਵਿੱਚ ਤੁਸੀਂ ਇਨਸਾਫ ਕਰ ਪਾਏ ਹੋ ਆਪਣੇ ਹਿਸਾਬ ਨਾਲ ਕਿ ਸਟੂਡੈਂਟ ਪੋਲੀਟਿਕਸ ਇਹ ਨਹੀਂ, ਇਹ ਹੁੰਦੀ ਹੈ? ਦੇਖੋ ਨਹੀਂ, ਮੈਂ ਨਹੀਂ ਕਿਸੇ ਨੂੰ ਮੈਂ ਮਾੜਾ ਨਹੀਂ ਕਹਿੰਦਾ ਹੈਗਾ, ਸਭ ਨੇ ਵਧੀਆ ਕੀਤਾ ਹੈ ਨਾ। ਜਿਹੜੇ ਸਾਡੇ ਤੋਂ ਅੱਗੇ ਆਉਣਗੇ ਉਹ ਹੋਰ ਕੁਛ ਐਡ ਔਨ ਕਰਨਗੇ, ਤਾਂ ਜ਼ਿੰਦਗੀ ਐਂ ਚੱਲਦੀ ਆ ਹੈ ਨਾ। ਜਿਹਦੇ ਕੋਲ ਜਿੰਨੀ ਇਨਫੋਰਮੇਸ਼ਨ ਹੁੰਦੀ ਆ ਤਾਂ ਉਹ ਆਪਦਾ ਵਰਲਡ ਆ ਜਿਹੜਾ ਕਹਾਣੀ ਦਾ ਫਿਲਮ ਦਾ ਉੱਡਾ ਵੱਡਾ ਕਰ ਲੈਂਦਾ। ਸ਼ਾਇਦ ਮੈਨੂੰ ਚਾਰ ਗੱਲਾਂ ਹੋਰ ਪਤਾ ਸੀ, ਮੈਂ ਹੋਰ ਐਡ ਔਨ ਕਰਤੀਆਂ ਹੈ ਨਾ, ਤਾਂ ਮੈਂ ਕਿਸੇ ਨੂੰ ਗਲਤ ਨਹੀਂ ਕਹੂੰ, ਮਾੜਾ ਨਹੀਂ ਕਹੂੰਗਾ। ਤਾਂ ਹੋਰ ਹੋ ਸਕਦਾ ਨਵੇਂ ਮੁੰਡੇ ਫਿਲਮ ਮੇਕਿੰਗ ਦੇ ਜਵਾਕ ਅੱਗੇ ਆ ਰਹੇ ਨੇ, ਉਹ ਇਸ ਤੋਂ ਹੋਰ ਵੱਡਾ ਵਰਲਡ ਸਿਰਜਣ ਕੱਲ੍ਹ ਨੂੰ ਪੰਜਾਬੀ ਸਿਨੇਮੇ 'ਚ। ਅਸੀਂ ਤਾਂ ਇਹ ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ। ਇੱਕ ਆਖਰੀ ਸਵਾਲ ਇਸੇ ਫਿਲਮ ਨਾਲ ਜੁੜਿਆ ਹੋਇਆ ਕਿ ਜਿੰਨੀ ਕਾਸਟਿੰਗ ਕੀਤੀ ਗਈ ਉਹ ਸੋਚ ਸਮਝ ਕੇ ਸੀ? ਵੈਸੇ ਤਾਂ ਸਾਰੇ ਜਦੋਂ ਪੈਸਾ ਲੱਗਦਾ ਬੰਦਾ ਸੋਚ ਕੇ ਹੀ ਚੱਲਦਾ ਹਰ ਥਾਂ ਨੂੰ, ਇਹ ਵੀ ਇੱਕ ਭਾਵੇਂ ਆਪਾਂ ਫਿਲਮ ਆਪਣੇ ਸ਼ੌਂਕ ਨੂੰ ਕਰੀਏ ਪਰ ਅਲਟੀਮੇਟ ਤਾਂ ਬਿਜ਼ਨਸ ਹੀ ਹੈ ਨਾ ਇਹ। ਜਿੰਨੇ ਚਿਹਰੇ ਲਏ ਗਏ ਤੁਹਾਨੂੰ ਫਿੱਟ ਆ ਗਏ ਵੀ ਆਹ ਕਿਰਦਾਰ ਵਿੱਚ ਆਹੀ ਨਿਭੂਗਾ, ਜਾਂ ਫਿਰ ਅੱਗੇ ਪਿੱਛੇ ਕਰਨੇ ਪਏ? ਦੇਖੋ ਇਹਦਾ ਜਵਾਬ ਤਾਂ ਤੁਹਾਨੂੰ ਮਿਲਿਆ ਹੈ ਨਾ, ਤੁਸੀਂ ਜੋ ਹੱਸ ਰਹੇ ਸੀ ਤੁਸੀਂ ਨਾਲ ਹੱਸ ਰਹੇ ਸੀ, ਜਦੋਂ ਰੋ ਰਹੇ ਸੀ ਤੁਸੀਂ ਨਾਲ ਰੋ ਰਹੇ ਸੀ, ਤਾਂ ਇਹਦਾ ਮਤਲਬ ਵੀ ਤੁਹਾਨੂੰ ਗੁਰਦੀਪ ਗੁਰਦੀਪ ਲੱਗਿਆ, ਜੰਟਾ ਜੰਟਾ ਲੱਗਿਆ, ਦੀਪ ਦੀਪ ਹੀ ਲੱਗਿਆ, ਪ੍ਰੀਤ ਪ੍ਰੀਤ ਹੀ ਲੱਗਿਆ, ਮੁਸਕਾਨ ਤੁਹਾਨੂੰ ਮੁਸਕਾਨ ਹੀ ਦਿਖੀ, ਨੂਰ ਤੁਹਾਨੂੰ ਨੂਰ ਲੱਗੀ, ਗੀਤ ਗੀਤ ਲੱਗੀ, ਗੁਰਤੇਜ ਜਾਂ ਤੇਜਾ ਤੇਜਾ ਹੀ ਲੱਗਿਆ ਹੈ ਨਾ। ਤਾਂ ਇਹੀ ਹੁੰਦਾ, ਤਾਂ ਉਦੋਂ ਅਸੀਂ ਜਦੋਂ ਸਾਨੂੰ ਲੱਗਦਾ ਹਰ ਕਿਰਦਾਰ ਨਾਲ ਬੰਦਾ ਜੁੜ ਰਿਹਾ ਹੈ ਨਾ, ਚਾਹੇ ਪਿਰਤੇ ਨਾਲ ਜੁੜ ਰਿਹਾ ਜੱਸੇ ਨਾਲ, ਚਾਹੇ ਰਾਜੂ ਦਾ ਮਾਸਟਰ ਨਾਲ ਜੁੜ ਰਿਹਾ, ਚਾਹੇ ਲੱਖੀ ਨਾਲ ਜੁੜ ਰਿਹਾ ਹੈ ਨਾ। ਤਾਂ ਉਹ ਮੈਨੂੰ ਕੱਲ੍ਹ ਫੋਨ ਆਇਆ ਇੰਡਸਟਰੀ 'ਚੋਂ ਨਾਮੀ ਐਕਟਰ ਨੇ ਉਹਨਾਂ ਦਾ, ਕਹਿੰਦੇ ਯਾਰ ਜਦੋਂ ਉਹ ਨਾ ਉਹ ਢਾਹ ਕੇ ਉਹਦੇ ਉੱਪਰ ਪੈ ਜਾਂਦਾ ਤਾਂ ਉਹਦੀਆਂ ਪੱਪੀਆਂ ਲੈ ਰਿਹਾ, ਉਹ ਗੁੱਸੇ ਹੋਏ ਵੀ ਮੰਦੇ ਆ ਦੁਬਾਰਾ, ਕਹਿੰਦਾ ਯਾਰ ਅਸੀਂ 8-9 ਜਣੇ ਬੈਠੇ ਸੀ ਤਾਂ ਅਸੀਂ ਫਲਾਇੰਗ ਕਿਸ ਸਿੱਟਣ ਲੱਗ ਗਏ ਪਰਦੇ ਵੱਲ, ਕਹਿੰਦੇ ਸਾਨੂੰ ਬਹੁਤ ਮਜ਼ਾ ਆਇਆ। ਅਤੇ ਉਹ ਦੇਖੋ ਤੁਹਾਡੀ ਐਜ਼ ਏ ਮੇਕਰ ਤੁਹਾਡੀ ਉਹ ਜਿੱਤ ਆ ਹੈ ਨਾ। ਤਾਂ ਇਸ ਚੀਜ਼ ਨੂੰ ਲੈ ਕੇ ਅਸੀਂ ਰਿਲੀਜ਼ ਤੋਂ ਪਹਿਲਾਂ ਵੀ ਕੌਨਫੀਡੈਂਟ ਸੀ ਸਾਰੀ ਟੀਮ, ਕਿਉਂਕਿ ਜਦੋਂ ਤੁਸੀਂ ਤਿਆਰੀ ਪੂਰੀ ਕੀਤੀ ਹੋਵੇ ਤਾਂ ਉਹਨੂੰ ਪਤਾ ਹੁੰਦਾ ਵੀ ਤੁਸੀਂ ਕੰਮ ਤਾਂ ਵਧੀਆ ਕਰੀ ਬੈਠੇ ਆ ਹੈ ਨਾ। ਤਾਂ ਜਿਵੇਂ ਕਈ ਵਾਰੀ ਹੁੰਦਾ ਵੀ ਪੱਕੀ ਫਸਲ 'ਤੇ ਕਈ ਵਾਰੀ ਗੜੇ ਵੀ ਪੈ ਜਾਂਦੇ ਆ, ਜੱਟਾਂ ਦੇ ਪੋਤਾਂ ਚੀਜ਼ਾਂ ਹੰਢਾ ਕੇ ਆਏ ਆ, ਤਾਂ ਜ਼ਿੰਦਗੀ ਇੱਕ ਸੰਘਰਸ਼ ਆ, ਚੱਲੀ ਜਾਣਾ ਹੈ ਨਾ। ਦੁਬਾਰਾ ਫਿਰ ਬੀਜਾਂਗੇ, ਬੀਜ ਭੇਜਾਂਗੇ, ਨਵੀਂ ਫਸਲ ਲਗਾਵਾਂਗੇ, ਫਿਰ ਵੱਢਾਂਗੇ, ਤਾਂ ਲੱਗੇ ਰਹਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਸਰ। ਤਾਂ ਫਿਲਮ ਮੇਕਰ ਸਾਡੇ ਨਾਲ ਹੈਪੀ ਰੋਡੇ, ਜਿਨ੍ਹਾਂ ਨੇ ਰੋਡੇ ਕਾਲਜ ਫਿਲਮ ਦਰਸ਼ਕਾਂ ਤੱਕ ਪਹੁੰਚਾ ਦਿੱਤੀ ਹੈ, ਔਰ ਉਸ ਫਿਲਮ ਨੂੰ ਦੇਖ ਕੇ ਜਿਹੜੇ ਹਾਲੇ ਤੱਕ ਨਹੀਂ ਪੁੱਜੇ ਉਹਨਾਂ ਥਾਵਾਂ 'ਤੇ ਥੀਏਟਰ ਦੇ ਵਿੱਚ, ਸਿਨੇਮਿਆਂ ਦੇ ਵਿੱਚ, ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿਉਂਕਿ ਅੱਜ ਕੱਲ੍ਹ ਭੁਲੇਖਾ ਪੈ ਜਾਂਦਾ ਕਿ ਕਿਤੇ ਫਿਲਮ ਥੀਏਟਰ 'ਚ ਨਹੀਂ, OTT ਪਲੇਟਫਾਰਮ ਬਹੁਤ ਆ ਗਏ ਕਿ ਕਿਤੇ ਹੋਰ ਥਾਵਾਂ 'ਤੇ ਮਿਲੇਗੀ, ਪਰ ਫਿਲਹਾਲ ਤੁਹਾਨੂੰ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇਖਣ ਨੂੰ ਮਿਲੇਗੀ। ਅਤੇ ਅਸੀਂ ਹੈਪੀ ਰੋਡੇ ਹੋਰਾਂ ਨਾਲ ਗੱਲਬਾਤ ਕੀਤੀ ਹੈ ਕਿ ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਇਆ ਕੀ ਸੋਚ ਕੇ, ਮਿਹਨਤ ਕਿੰਨੀ ਲੱਗੀ ਹੈ, ਇਹਦੇ ਪਿੱਛੇ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਅਸੀਂ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਇੱਕ ਵਾਰੀ ਫਿਲਮ ਦੇਖ ਕੇ ਆਪਣਾ ਆਪਣਾ ਨਜ਼ਰੀਆ ਤੁਸੀਂ ਵੀ ਜ਼ਰੂਰ ਸਾਂਝਾ ਕਰਿਓ।